ਨਾਕੇਬੰਦੀ ਤੇ ਪੁਲਿਸ ਨੇ ਰੋਕੀ ਗੱਡੀ। ਤਲਾਸ਼ੀ ਦੌਰਾਨ ਮਿਲੇ 1,77,00,000। ਹਰਿਆਣੇ ਤੋਂ ਪੰਜਾਬ ਆ ਰਹੀ ਸੀ ਗੱਡੀ। ਤਾਂ ਦੱਸ ਦਈਏ ਕਿ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ, ਜਿੱਥੇ ਤਲਾਸ਼ੀ ਦੇ ਦੌਰਾਨ ਇੱਕ ਗੱਡੀ ਦੇ ਵਿੱਚੋਂ 1,00,00,000 ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ। ਤਾਂ ਇਸੇ ਦੌਰਾਨ ਪੁਲਿਸ ਦੇ ਵੱਲੋਂ ਇੱਕ ਗੱਡੀ ਰੋਕੀ ਜਾਂਦੀ ਹੈ। ਤਾਂ ਜਦ ਉਸਦੀ ਤਲਾਸ਼ੀ ਲਈ ਗਈ ਤਾਂ ਅੰਦਰੋਂ ਇੰਨੀ ਨਕਦੀ ਨਿਕਲਦੀ ਹੈ ਕਿ ਵੇਖ ਕੇ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ। ਦੱਸਦੇ ਕਿ ਇਸ ਗੱਡੀ ਦੇ ਵਿੱਚੋਂ 1,77,00,000 ਰੁਪਏ ਦੀ ਨਕਦੀ ਬਰਾਮਦ ਹੁੰਦੀ ਹੈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਗੱਡੀ ਦੇ ਚਾਲਕ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਾਂ ਦੱਸਦੇ ਕਿ ਸ਼ੰਭੂ ਬਾਰਡਰ ਸੀ ਜਿੱਥੇ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਨਾਕਾ ਲਗਾਇਆ ਗਿਆ ਸੀ। ਤਾਂ ਹਰਿਆਣੇ ਵਾਲੀ ਸਾਈਡ ਤੋਂ ਅੰਬਾਲੇ ਤੋਂ ਇਹ ਗੱਡੀ ਆ ਰਹੀ ਸੀ, ਤਾਂ ਪੁਲਿਸ ਦੇ ਵੱਲੋਂ ਇਸ ਨੂੰ ਰੋਕਿਆ ਗਿਆ ਅਤੇ ਇਸ ਦੀ ਤਲਾਸ਼ੀ ਲਈ ਗਈ। ਤਾਂ ਤਲਾਸ਼ੀ ਤੋਂ ਬਾਅਦ ਇਸ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਨਕਦੀ ਬਰਾਮਦ ਹੋਈ, ਜੋ ਕਿ ਪੁਲਿਸ ਦੇ ਵੱਲੋਂ ਕਾਬੂ ਕਰ ਲਈ ਗਈ ਅਤੇ ਇਸ ਦੇ ਚਾਲਕ ਨੂੰ ਵੀ ਕਾਬੂ ਕਰ ਲਿਆ ਗਿਆ। ਤਾਂ ਸਾਰੀ ਨਕਦੀ ਇਨਕਮ ਟੈਕਸ ਦੇ ਹਵਾਲੇ ਕਰ ਦਿੱਤੀ ਹੈ। ਤਾਂ ਪੰਜਾਬ ਪੁਲਿਸ ਨੂੰ ਇਹ ਵੱਡੀ ਸਫਲਤਾ ਹਾਸਿਲ ਹੋਈ ਹੈ। ਤਾਂ ਉਹਨਾਂ ਦੇ ਵੱਲੋਂ ਚਾਲਕ ਨੂੰ ਕਾਬੂ ਕੀਤਾ ਗਿਆ, ਤਾਂ ਕਿਸ ਸੰਬੰਧ ਨਾਲ ਇਹ ਨਕਦੀ ਰੱਖੀ ਹੋਈ ਸੀ, ਇਸ ਸੰਬੰਧੀ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਸਾਡਾ ਨਾਕਾ ਲੱਗਿਆ ਸੀ ਵਿੱਚ 25 ਦਿਨ ਅਤੇ ਇੱਕ ਡਰਾਈਵਰ ਗੱਡੀ ਜਦ ਚੈੱਕ ਕੀਤਾ ਤਾਂ ਉਹਦੇ 'ਚੋਂ ਸਾਨੂੰ ਕੈਸ਼ ਮਿਲਿਆ ਅਤੇ ਜਿਹੜੇ ਦੋ ਬੰਦੇ ਸੀਗੇ ਉਹਨਾਂ ਨੂੰ ਅਤੇ ਕੈਸ਼ ਨੂੰ ਅਸੀਂ ਇਨਕਮ ਟੈਕਸ ਅਫੀਸ਼ੀਅਲਸ ਦੇ ਹਵਾਲੇ ਕਰ ਤੱਕ ਕਾਲ ਕਰਕੇ ਮੌਕੇ 'ਤੇ ਉਹਨਾਂ ਨੇ ਹੁਣ ਇਹ ਸਾਰਾ ਉਹਨਾਂ ਨੂੰ ਨੋਟਿਸ ਦੇ ਤੇ ਕੈਸ਼ ਅਸੀਂ ਜ਼ਬਤ ਕਰ ਲਿਆ, ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਉੱਤੇ ਜਿਹੜੀ ਕਾਰਵਾਈ ਕਰੀ। ਟੋਟਲ ਕੈਸ਼ ਕਿੰਨਾ ਸੀ ਜੀ? 1,77,17,000। ਇਹ ਕਿੰਨੇ ਕਿੰਨੇ ਦੇ ਨੋਟ ਸੀਗੇ ਜੀ? 500 ਦੇ ਸਾਰੇ। ਸਾਰੇ 500 ਦੇ। ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀਗੇ ਜੀ? ਇਹ ਪਾਣੀਪਤ ਤੋਂ ਆਇਆ ਸੀ, ਗੋਬਿੰਦਗੜ੍ਹ ਚੱਲਿਆ ਸੀ। ਆਪਣਾ ਇਹਨਾਂ ਦੇ ਕੋਈ ਪਹਿਲਾਂ ਕੋਈ ਹੋਰ ਕੋਈ ਜਾਣਕਾਰੀ ਦੇ ਮੁਤਾਬਕ ਕੁਝ ਮਿਲਿਆ ਹੋਏ ਪਿਛਲਾ ਰਿਕਾਰਡ ਕੋਈ ਜਾਂ ਕਿਵੇਂ ਕੋਈ? ਪਿਛਲਾ ਰਿਕਾਰਡ ਤਾਂ ਕਲੀਨ ਸੀ ਇਹਨਾਂ ਦਾ। ਇਹਨਾਂ ਨੇ ਕੋਈ ਜਵਾਬ ਦੇ ਨਹੀਂ ਪਾਏ ਜਾਂ ਕਿਵੇਂ ਜੀ ਲੱਗਦਾ ਤੁਹਾਨੂੰ? ਕੋਈ ਦਿਖਾ ਨਹੀਂ ਪਾਏ ਕਾਗਜ਼ ਕਿੱਥੋਂ ਆ ਰਹੇ ਸੀ ਪੈਸੇ ਲੈ ਕੇ? ਨਹੀਂ ਜੀ। ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਵੱਲੋਂ? ਹੁਣ ਕੈਸ਼ ਇਹਨਾਂ ਦਾ ਜ਼ਬਤ ਹੋ ਗਿਆ ਜੀ ਅਤੇ ਇਨਕਮ ਟੈਕਸ ਕਾਰਵਾਈ ਕਰੂਗਾ ਜਿਹੜੀ ਕਰਨੀ ਹੈ ਇਹਨਾਂ ਦਾ। ਨਾਕੇਬੰਦੀ ਤੇ ਪੁਲਿਸ ਨੇ ਰੋਕੀ ਗੱਡੀ। ਤਲਾਸ਼ੀ ਦੌਰਾਨ ਮਿਲੇ 1,77,00,000। ਹਰਿਆਣੇ ਤੋਂ ਪੰਜਾਬ ਆ ਰਹੀ ਸੀ ਗੱਡੀ। ਤਾਂ ਦੱਸ ਦਈਏ ਕਿ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ, ਜਿੱਥੇ ਤਲਾਸ਼ੀ ਦੇ ਦੌਰਾਨ ਇੱਕ ਗੱਡੀ ਦੇ ਵਿੱਚੋਂ 1,00,00,000 ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ। ਤਾਂ ਇਸੇ ਦੌਰਾਨ ਪੁਲਿਸ ਦੇ ਵੱਲੋਂ ਇੱਕ ਗੱਡੀ ਰੋਕੀ ਜਾਂਦੀ ਹੈ। ਤਾਂ ਜਦ ਉਸਦੀ ਤਲਾਸ਼ੀ ਲਈ ਗਈ ਤਾਂ ਅੰਦਰੋਂ ਇੰਨੀ ਨਕਦੀ ਨਿਕਲਦੀ ਹੈ ਕਿ ਵੇਖ ਕੇ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ। ਦੱਸਦੇ ਕਿ ਇਸ ਗੱਡੀ ਦੇ ਵਿੱਚੋਂ 1,77,00,000 ਰੁਪਏ ਦੀ ਨਕਦੀ ਬਰਾਮਦ ਹੁੰਦੀ ਹੈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਗੱਡੀ ਦੇ ਚਾਲਕ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਾਂ ਦੱਸਦੇ ਕਿ ਸ਼ੰਭੂ ਬਾਰਡਰ ਸੀ ਜਿੱਥੇ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਨਾਕਾ ਲਗਾਇਆ ਗਿਆ ਸੀ। ਤਾਂ ਹਰਿਆਣੇ ਵਾਲੀ ਸਾਈਡ ਤੋਂ ਅੰਬਾਲੇ ਤੋਂ ਇਹ ਗੱਡੀ ਆ ਰਹੀ ਸੀ, ਤਾਂ ਪੁਲਿਸ ਦੇ ਵੱਲੋਂ ਇਸ ਨੂੰ ਰੋਕਿਆ ਗਿਆ ਅਤੇ ਇਸ ਦੀ ਤਲਾਸ਼ੀ ਲਈ ਗਈ। ਤਾਂ ਤਲਾਸ਼ੀ ਤੋਂ ਬਾਅਦ ਇਸ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਨਕਦੀ ਬਰਾਮਦ ਹੋਈ, ਜੋ ਕਿ ਪੁਲਿਸ ਦੇ ਵੱਲੋਂ ਕਾਬੂ ਕਰ ਲਈ ਗਈ ਅਤੇ ਇਸ ਦੇ ਚਾਲਕ ਨੂੰ ਵੀ ਕਾਬੂ ਕਰ ਲਿਆ ਗਿਆ। ਤਾਂ ਸਾਰੀ ਨਕਦੀ ਇਨਕਮ ਟੈਕਸ ਦੇ ਹਵਾਲੇ ਕਰ ਦਿੱਤੀ ਹੈ। ਤਾਂ ਪੰਜਾਬ ਪੁਲਿਸ ਨੂੰ ਇਹ ਵੱਡੀ ਸਫਲਤਾ ਹਾਸਿਲ ਹੋਈ ਹੈ। ਤਾਂ ਉਹਨਾਂ ਦੇ ਵੱਲੋਂ ਚਾਲਕ ਨੂੰ ਕਾਬੂ ਕੀਤਾ ਗਿਆ, ਤਾਂ ਕਿਸ ਸੰਬੰਧ ਨਾਲ ਇਹ ਨਕਦੀ ਰੱਖੀ ਹੋਈ ਸੀ, ਇਸ ਸੰਬੰਧੀ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਸਾਡਾ ਨਾਕਾ ਲੱਗਿਆ ਸੀ ਵਿੱਚ 25 ਦਿਨ
ਅਤੇ ਇੱਕ ਡਰਾਈਵਰ ਗੱਡੀ ਅਸੀਂ ਜਦ ਚੈੱਕ ਕੀਤਾ ਤਾਂ ਉਹਦੇ 'ਚੋਂ ਸਾਨੂੰ ਕੈਸ਼ ਮਿਲਿਆ ਅਤੇ ਜਿਹੜੇ ਦੋ ਬੰਦੇ ਸੀਗੇ ਉਹਨਾਂ ਨੂੰ ਅਤੇ ਕੈਸ਼ ਨੂੰ ਅਸੀਂ ਇਨਕਮ ਟੈਕਸ ਅਫੀਸ਼ੀਅਲ ਦੇ ਹਵਾਲੇ ਕਰ ਤੱਕ ਕਾਲ ਕਰਕੇ ਮੌਕੇ 'ਤੇ ਉਹਨਾਂ ਨੇ ਹੁਣ ਇਹ ਸਾਰਾ ਉਹਨਾਂ ਨੂੰ ਨੋਟਿਸ ਦੇ ਤੇ ਕੈਸ਼ ਅਸੀਂ ਜ਼ਬਤ ਕਰ ਲਿਆ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਉੱਤੇ ਜਿਹੜੀ ਕਾਰਵਾਈ ਕਰੀ। ਟੋਟਲ ਕੈਸ਼ ਕਿੰਨਾ ਸੀ ਜੀ? 1,70,17,000। ਇਹ ਕਿੰਨੇ ਕਿੰਨੇ ਦੇ ਨੋਟ ਸੀਗੇ ਜੀ? 500 ਦੇ ਸਾਰੇ। ਸਾਰੇ 500 ਦੇ ਜੀ। ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀਗੇ ਜੀ? ਇਹ ਪਾਣੀਪਤ ਤੋਂ ਆਇਆ ਸੀ, ਗੋਬਿੰਦਗੜ੍ਹ ਚੱਲਿਆ ਸੀ। ਆਪਣਾ ਇਹਨਾਂ 'ਤੇ ਕੋਈ ਪਹਿਲਾਂ ਕੋਈ ਹੋਰ ਕੋਈ ਜਾਣਕਾਰੀ ਦੇ ਮੁਤਾਬਕ ਕੁਛ ਮਿਲਿਆ ਹੋਏ, ਪਿਛਲਾ ਰਿਕਾਰਡ ਕੋਈ ਜਾਂ ਕਿਵੇਂ ਕੋਈ? ਪਿਛਲਾ ਰਿਕਾਰਡ ਤਾਂ ਕਲੀਨ ਸੀ ਇਹਨਾਂ ਦਾ। ਇਹਨਾਂ ਨੇ ਕੋਈ ਜਵਾਬ ਦੇ ਨਹੀਂ ਪਾਏ ਜਾਂ ਕਿਵੇਂ ਜੀ ਲੱਗਦਾ ਤੁਹਾਨੂੰ? ਕੋਈ ਦਿਖਾ ਨਹੀਂ ਪਾਏ ਕਾਗਜ਼ ਕਿੱਥੋਂ ਆ ਰਹੇ ਸੀ ਇਹਨਾਂ ਦੇ ਪੈਸੇ ਲੈ ਕੇ? ਨਹੀਂ ਜੀ। ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਵੱਲੋਂ? ਹੁਣ ਕੈਸ਼ ਇਹਨਾਂ ਦਾ ਜ਼ਬਤ ਹੋ ਗਿਆ ਜੀ, ਅਤੇ ਇਨਕਮ ਟੈਕਸ ਕਾਰਵਾਈ ਕਰੂਗਾ ਜਿਹੜੀ ਕਰਨੀ ਇਹਨਾਂ ਦਾ।